ਕਾ ਨਿਊਜ਼। ਜੇਕਰ ਸੱਚ ਲਿਖਣਾ, ਸੱਚ ਬੋਲਣਾ ਬਗਾਵਤ ਹੈ ਤਾਂ ਸਮਝੋ ਤਹਿਲਕਾ ਨਿਊਜ਼ ਬਾਗੀ ਹੈ। ਆਵਾਜ਼ ਸਰਕਾਰ ਤੱਕ ਪਹੁੰਚਾਉਣ ਲਈ ਤਹਿਲਕਾ ਨਿਊਜ਼ ਹਰ ਟਾਈਮ ਹਰ ਵਕਤ ਤੁਹਾਡੇ ਨਾਲ ਹੈ। ਜੇਕਰ ਸਰਕਾਰਾਂ ਕਰ ਰਹੀਆਂ ਨੇ ਕਿਸਾਨਾਂ ਨਾਲ ਧੱਕਾ, ਨਹੀਂ ਸੁਣੀ ਜਾ ਰਹੀ ਗਰੀਬਾਂ ਦੀ ਗੱਲ, ਪੰਜਾਬ ਦਾ ਇੱਕ ਬੇਧੜਕ ਨਿਰਧੜਕ ਤਹਿਲਕਾ ਨਿਊਜ਼ ਹਰ ਵਕਤ ਹਰ ਟਾਈਮ ਹਰ ਪਲ ਤੁਹਾਡੇ ਨਾਲ ਹੈ। ਜੇਕਰ ਕਿਸੇ ਨਾਲ ਹੋ ਰਹੀ ਹੈ ਬੇਇਨਸਾਫੀ, ਪ੍ਰਸ਼ਾਸਨ ਨਹੀਂ ਦੇ ਰਿਹਾ ਜਨਤਾ ਨੂੰ ਸਹੀ ਹੱਕ, ਤੁਹਾਡੀ ਆਵਾਜ਼ ਚੱਕਣ ਲਈ ਤੇ ਤੁਹਾਡੀ ਮਦਦ ਕਰਨ ਲਈ ਤਹਿਲਕਾ ਨਿਊਜ਼ ਹਰ ਟਾਈਮ ਹਰ ਵਕਤ ਤੁਹਾਡੇ ਨਾਲ। ਜੇਕਰ ਜਨਤਾ ਨਾਲ ਹੋ ਰਿਹਾ ਧੱਕਾ, ਰਾਜਨੀਤਿਕ ਨੇਤਾ ਜਾਂ ਸ਼ਰਾਰਤੀ ਆਂਸਰ ਜਨਤਾ ਨੂੰ ਕਰ ਰਹੇ ਨੇ ਪਰੇਸ਼ਾਨ, ਤੁਹਾਡੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਤਹਿਲਕਾ ਨਿਊਜ਼ ਹਰ ਵਕਤ ਹਰ ਟਾਈਮ ਤੁਹਾਡੇ ਨਾਲ ਹੈ। ਟਾਟਲ ਹੋ ਲੱਗੇ ਜੀ, ਗਰਿੱਪ ਭੰਨੇ ਗਏ ਦੋਵੇਂ ਮੋਟਰਾਂ ਦੇ। ਹਾਂਜੀ, ਕਿੰਨੇ ਦਾ ਨੁਕਸਾਨ ਹੋਇਆ? 8,500 ਦਾ ਇੱਕ ਹੈ ਜੀ। ਕੀ ਹੁਣ ਤੱਕ ਕੋਈ ਤੁਸੀਂ ਕੰਪਲੇਂਟ ਦਿਖਾਈ ਹੈ, ਕੋਈ ਕਾਰਵਾਈ ਹੋਈ? ਕੰਪਲੇਂਟ ਕੋਈ ਦਿਖਾਈ ਨਹੀਂ, ਬਸ ਹੁਣੇ ਸ਼ੁਰੂ ਹੋਇਆ ਸੀ ਜੀ ਕੰਮ ਇਹ 5-7 ਦਿਨਾਂ ਤੋਂ। ਪਿਛਲੇ ਨਾ 10-15 ਦਿਨ ਤੋਂ ਜੀ ਸਾਡੇ ਪਿੰਡ ਸਟਾਰਟਰ ਚੋਰੀ, ਗਰਿੱਪ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਜੀ। 10-12 ਸਟਾਰਟਰ ਪਹਿਲਾਂ ਲੈ ਗਏ ਸੀਗੇ ਜੀ, 5-7 ਦਿਨ ਪਹਿਲਾਂ, ਅਤੇ 30 ਤਰੀਕ ਨੂੰ ਦੁਬਾਰਾ ਲੈ ਗਏ ਜੀ 10-12। ਅਤੇ ਇਹ ਸਰ ਪਿਛਲੇ ਲੰਬੇ ਸਮੇਂ ਤੋਂ ਹੀ ਚੱਲ ਰਿਹਾ ਜੀ। ਪਹਿਲਾਂ ਟਰਾਂਸਫਾਰਮ ਵੀ ਚੋਰੀ ਹੋਏ ਨੇ ਜੀ ਸਾਡੇ ਪਿੰਡ, ਅਤੇ ਸਾਡਾ ਚਲੋ ਸਬਜ਼ੀ ਦਾ ਕੰਮ ਹੈ ਜੀ, ਟਿੰਡੇ ਵਗੈਰਾ ਲਾਉਂਦੇ ਹਾਂ, ਮੱਕੀ ਵਗੈਰਾ ਦਾ। ਜਦੋਂ ਅਸੀਂ ਗਏ ਜੀ ਰਾਤ ਨੂੰ, ਮੰਨ ਲਓ ਦੇਖਿਆ ਤਾਂ ਉੱਥੇ ਸਟਾਰਟਰ ਨਹੀਂ ਸੀਗਾ, ਸਟਾਰਟਰ ਨਾ ਹੋਣ ਕਰਕੇ ਜੀ ਮੋਟਰ ਨਹੀਂ ਚੱਲ ਸਕੀ। ਫਿਰ ਅਸੀਂ ਮੌਕੇ 'ਤੇ ਜੀ ਜਾ ਕੇ 9-10 ਹਜ਼ਾਰ ਰੁਪਏ ਦਾ ਸਟਾਰਟਰ ਕੱਲ੍ਹ ਲਵਾਇਆ ਜੀ, ਫਿਰ ਮੋਟਰ ਚੱਲੀ ਹੈ। ਯਾਨੀ ਚੋਰਾਂ ਦਾ ਮਤਲਬ ਤੁਸੀਂ ਇਹ ਲਾ ਲਓ ਜੀ ਵੀ ਬਹੁਤ ਸਾਨੂੰ ਕਿਸਾਨਾਂ ਨੂੰ ਬਹੁਤ ਔਖਾ ਹੋਇਆ ਪਿਆ, ਅਤੇ ਚੋਰੀ ਦੇ ਵਾਰਦਾਤਾਂ ਜੀ ਲਗਾਤਾਰ ਵੱਧਦੀਆਂ ਜਾ ਰਹੀਆਂ। ਸਰ ਪਹਿਲੀ 'ਚ ਤਾਂ ਦੇਖੋ ਮੇਰਾ ਟਰਾਂਸਫਾਰਮ ਖੋਲਿਆ ਜੀ, ਉਦੋਂ ਮੇਰਾ 25-26 ਹਜ਼ਾਰ ਰੁਪਇਆ ਲੱਗਿਆ ਜੀ। ਉਹ ਟਰਾਂਸਫਾਰਮ ਧਰਾਇਆ, ਫਿਰ ਜਾ ਕੇ ਦੂਜਾ ਟਰਾਂਸਫਾਰਮ ਸਿੱਟ ਲਿਆ ਜੀ, ਆਹ ਪਿੱਛੇ ਜੀ ਕਣਕ ਨੂੰ ਲਾਸਟ ਪਾਣੀ ਲਾਉਣਾ ਤੀ ਸਰ। ਉਦੋਂ ਬਾਅਦ ਦੇ ਵਿੱਚ ਉਹ ਧਰਾਇਆ ਜੀ, ਉਦੋਂ ਬਾਅਦ ਮੇਰੀਆਂ ਕੇਬਲਾਂ ਵੱਡੀਆਂ ਮੋਟਰਾਂ ਦੀਆਂ ਜੀ, ਉਦੋਂ ਬਾਅਦ ਦੇ ਵਿੱਚ ਹੀ ਕੇਬਲਾਂ ਲਿਆ ਕੇ ਪਾਈਆਂ ਜੀ। ਉਦੋਂ ਬਾਅਦ ਹੁਣ ਸਟਾਰਟਰ ਲੈ ਗਏ ਖੋਲ੍ਹ ਕੇ ਜੀ, ਸੂਏ ਦੇ ਲਵੇ ਨਰਾਮਪੁਰ ਦੀ ਹੱਦ ਤੋਂ ਲੈ ਕੇ ਜੀ ਗਾਜ਼ੀਆਬਾਦ ਦੀ ਹੱਦ ਤੱਕ ਸਾਰੇ ਸਟਾਰਟਰ ਲੈ ਗਏ ਜੀ। ਕੁੱਲ 35-40 ਸਟਾਰਟਰ ਲੈ ਗਏ ਸਾਡੇ ਕੋਲ ਕੇ 2 ਰਾਤਾਂ ਦੇ ਵਿੱਚ ਜੀ। ਆਹ ਕੰਮ ਕਰ ਰਹੇ ਨੇ, ਦੱਸੋ ਅਸੀਂ ਕੀ ਕਰੀਏ? ਅਸੀਂ ਇਕੱਲਾ ਬੰਦਾ ਖੇਤ ਨਹੀਂ ਜਾ ਸਕਦਾ ਰਾਤ ਨੂੰ, ਜੇ ਅਸੀਂ ਖੇਤ ਜਾਂਦਾ ਉਹਨਾਂ ਲਵੇ ਕਿਰਚਾਂ ਨੇ, ਉਹ ਬੰਦੇ ਦਾ ਨੁਕਸਾਨ ਕਰਨਗੇ ਜੀ। ਪਹਿਲਾਂ ਦਿੰਦੇ ਸਾਡੇ ਪਿੰਡ ਦੇ ਬੰਦੇ। ਤੁਹਾਡੇ ਲਈ ਲੈ ਕੇ ਆ ਰਿਹਾ ਹੈ ਆਵਾਜ਼ ਆਵਾਮ ਦੀ, ਜਿਸ ਰਾਹੀਂ ਤੁਸੀਂ ਆਪਣੇ ਹੱਕਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾ ਸਕਦੇ ਹੋ। ਬੇਖੌਫ, ਬੇਝਿਜਕ, ਬੇਡਰ, ਤੁਹਾਡੇ ਹੱਕਾਂ ਦੀ ਰਾਖੀ ਲਈ ਹਰ ਪਲ ਹਰ ਵਕਤ ਤੁਹਾਡੇ ਨਾਲ, ਤੁਹਾਡੇ ਨਾਲ ਨਾਲ ਹੈ ਪੰਜਾਬ ਦਾ ਬੇਤੜਕ ਨਿਤੜਕ ਇੱਕ ਨਿਊਜ਼ ਚੈਨਲ ਤਹਿਲਕਾ ਨਿਊਜ਼। ਤਹਿਲਕਾ ਨਿਊਜ਼, ਤਹਿਲਕਾ ਨਿਊਜ਼।